ਤੇ ਇਦਾਂ ਹੀ ਆਪਣਾ ਤਜਰਬਾ ਸਾਂਝਾ ਕਰ ਰਹੇ ਨੇ ਸਾਡੇ ਨਾਲ ਕਿ ਕਿਵੇਂ ਦਿੱਲੀ ਦੇ ਵਿੱਚ ਉਹ ਬਦਲਾਅ ਆਇਆ। ਦੂਜਾ ਬੱਚਿਆਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਧਿਆਪਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੀ ਦਿੱਕਤਾਂ, ਜ਼ਮੀਨੀ ਦਿੱਕਤਾਂ ਨੇ ਜਿਹਨਾਂ ਨੂੰ ਹੱਲ ਕਰਕੇ ਅਸੀਂ ਪੰਜਾਬ ਦੇ ਜਿਹੜੇ ਸਕੂਲ ਹੈ ਉਹਨਾਂ ਨੂੰ ਹਰ ਪੱਖੋਂ ਅਸੀਂ ਸ਼ਾਨਦਾਰ ਬਣਾ ਸਕੀਏ। ਸਰ ਇਸ ਸਰਕਤ ਦੀ ਕੀ ਵੇਖਣ ਨੂੰ ਮਿਲਿਆ, ਕਿਹੜੀ ਕਾਮੀ ਜਾਂ ਕਿਹਨੇ ਜਿਹੜੇ ਲੋਕ ਬਹੁਤ ਦੇਖੋ ਜੀ ਕਿੰਨੀ ਮਾੜੀ ਗੱਲ ਹੈ ਕਿ ਇੱਥੇ ਸਾਡੇ ਕੁਝ ਬੱਚੀਆਂ ਪਲੱਸ 1 ਦੀਆਂ ਥੱਲੇ ਬੈਠਦੀਆਂ ਤਾਂ ਹੁਣੀ ਉਹਦੇ ਟੈਸਟ ਨਹੀਂ ਹੈਗੇ ਤੇ ਉਹ ਕਰ ਦਿੱਤੇ ਗਏ ਨੇ ਬਹੁਤ ਜਲਦੀ। ਇਹ ਡੈਸਕ ਵਾਸ਼ਰੂਮ ਹੈ ਨਹੀਂ, ਬੇਸਿਕ ਜਿਹੜੀ ਬੁਨਿਆਦੀ ਢਾਂਚੇ ਨੇ ਸਕੂਲ ਦੇ ਵਿੱਚ ਉਹ ਨਹੀਂ ਹੈਗੇ ਨੇ, ਬਟ ਇਹਨਾਂ ਨੂੰ ਕਰਕੇ ਬਹੁਤ ਚੰਗੀਆਂ ਚੀਜ਼ਾਂ ਵੀ। ਉਸ ਦੇ ਬਾਵਜੂਦ ਇਸ ਸਕੂਲ ਦੇ ਟੀਚਰਸ ਬਹੁਤ ਸ਼ਾਨਦਾਰ ਨੇ, ਜਿਹਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਪੰਜਾਬ 'ਚ ਰਹਿ ਕੇ ਆਪਣੇ ਸੂਬੇ ਲਈ, ਆਪਣੇ ਵਤਨ ਲਈ, ਆਪਣੇ ਦੇਸ਼ ਲਈ ਕੰਮ ਕਰੋ। ਬਹੁਤ ਚੰਗੀਆਂ ਚੀਜ਼ਾਂ ਆਉਂਦੀਆਂ ਨੇ, ਜੋ ਕਮੀਆਂ ਸਰਕਾਰਾਂ ਵੱਲੋਂ ਰਹੀਆਂ ਉਹਨਾਂ ਨੂੰ ਦੂਰ ਕਰਨਾ ਸਾਡਾ ਫਰਜ਼ ਹੈ ਤੇ ਕਰਾਂ। ਸਰ ਅੰਡਾ ਦੀ ਹਾਲਤ ਵੇਖੀ ਜਾਵੇ ਸਕੂਲਾਂ ਦੀ, ਕਾਫੀ ਖਸਤਾ ਹਾਲਤ ਹੈ। ਅਸੀਂ ਮੈਨੂੰ ਸਭ ਦੀ ਲਿਸਟ ਦਿਓ, ਸਾਰਿਆਂ ਦੀ ਲਿਸਟ ਦਿਓ, ਸਭ ਠੀਕ ਕਰਾਂਗੇ, ਤੁਹਾਡਾ ਵੀ ਸਾਥ ਚਾਹੀਦਾ। ਸਰ ਇਸੇ ਸਕੂਲ ਦੇ ਵਿੱਚ ਹੀ ਜਿਹੜੇ ਬਾਥਰੂਮ ਹੈਗੇ ਆ ਉਹਨਾਂ ਨੂੰ ਮੈਡਮਾਂ ਵੱਲੋਂ ਜਿੰਦਰਾ ਮਾਰ ਲਿਆ ਜਾਂਦਾ ਹੈ ਤੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਬਾਥ ਪਲੱਛਾਂ ਨੂੰ ਇਸਤੇਮਾਲ ਨਹੀਂ ਕਰਨਾ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਈ ਵਾਰੀ ਨਾ ਕਈ ਵਾਰ ਬਿਲਡਿੰਗਾਂ ਅਨਸੇਫ ਹੁੰਦੀਆਂ ਜੀ, ਤੇ ਇੱਥੇ ਬਾਥਰੂਮ ਨਾਲ ਦੀ ਕਮੀ ਹੈ, ਨਵੇਂ ਬਾਥਰੂਮ ਦਵਾਂਗੇ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ, ਥੈਂਕ ਯੂ। ਜੋ ਜੋ ਵੀ ਸਕੂਲ ਦੀਆਂ ਜ਼ਰੂਰਤਾਂ ਵਾ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਔਰ ਜਿਹੜਾ ਉਮੀਦ ਹੈ ਵੀ ਬਹੁਤ ਜਲਦੀ ਜਿਹੜਾ ਉਹਨਾਂ ਦਾ ਸਮਾਧਾਨ ਹੋ ਜਾਊਗਾ। ਉਹ ਸਾਡੇ ਨੋਟਸ ਦੇ ਵਿੱਚ ਹੈ, ਜਲਦੀ ਪੂਰੀ ਹੋ ਜਾਵੇ। ਡੀ ਸਾਹਿਬ ਦੇ ਨੋਟਸ ਦੇ ਵਿੱਚ ਵੀ ਹੈ, ਸਾਡੇ ਨੋਟਸ ਅਧਿਆਪਕਾਂ ਦੀ ਕੋਈ ਬਹੁਤਾ ਜ਼ਿਆਦਾ ਘਾਟ ਨਹੀਂ ਗੀ, ਲੈਕਚਰਾਂ ਦੀ ਕੁਛ ਹੈਗੀ, ਕੁਛ ਪ੍ਰਿੰਸੀਪਲ ਦੇ ਹੈੱਡ ਦੀ ਘਾਟ ਹੈਗੀ ਹੈ, ਉਹ ਸਾਰੀਆਂ ਕੋਈ ਇਹੋ ਜਿਹਾ ਸਾਡੇ ਮੇਰੇ ਨੋਟਸ ਦੇ ਸਕੂਲ ਨਹੀਂ ਜਿੱਥੇ ਪਾਣੀ ਪੀਣ ਵਾਲਾ ਨਹੀਂ ਹੈ। ਇਸ ਸਕੂਲ ਦੇ ਵਿੱਚ ਕੋਈ ਛੋਟੀ ਮੋਟੀ ਡੈਕਸਾਂ ਦੀ ਘਾਟ ਜਾਂ ਕੁਛ ਛੋਟਾ ਮੋਟਾ ਹੈਗਾ ਵਾ, ਕੁਛ ਐਸਟ੍ਰੋਨੈਟ ਵਗੈਰਾ ਚਾਹੀਦਾ ਸਪੋਰਟਸ ਨਾਲ ਸੰਬੰਧਿਤ, ਅਤੇ ਉਹ ਸਾਰਾ ਕੁਝ ਜਾਣੂ ਕਰਵਾਤਾ ਹੋ ਜਾਏਗਾ ਜੀ। ਭਰੋਸਾ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਵੀ ਹੋ ਜਾਏਗਾ, ਸੋਲਵ ਹੋ ਜਾਏਗਾ ਜੀ।